अल्कोहल कंजम्पशन इज इंजूरियस टू हेल्थ, शराब पीना सेहत के लिए हानिकारक है। ਕਿਹਾ ਜੀ ਸੁਣਦੇ ਹੋ, ਬੀਬੀ ਦਾ ਨਾ ਫੋਨ ਆਇਆ ਸੀ ਪਿੰਡੋ। ਕਹਿੰਦੀ ਸੀ 6 ਮਹੀਨੇ ਹੋ ਗਏ ਪਿੰਡ ਗੇੜਾ ਮਾਰਿਆਂ ਨੂੰ, ਹੁਣ ਮਿਲ ਜਾਓ ਆ ਕੇ। ਨਾਲੇ ਕਹਿੰਦੀ ਸੀ ਪੰਜੀਰੀ ਬਣੀ ਪਈ ਆ, ਉਹ ਲੈ ਜਾਓ ਆ ਕੇ। ਕੋਈ ਨਹੀਂ, ਮਾਰੇ ਉਹਨੇ ਗੇੜਾ, ਕੱਲ੍ਹ ਪਾਣੀ ਲੱਗ ਜੂ ਕਣਕ ਨੂੰ, ਫਿਰ ਵਗ ਚੱਲਾਂਗੇ। ਆਹੋ, ਨਾਲੇ ਵੀਰਾ ਅਤੇ ਭਾਬੀ ਵੀ ਬੜਾ ਯਾਦ ਕਰਦੇ ਸੀ, ਕਹਿੰਦੇ ਸੀ ਭਾਈ ਟਾਈਮ ਕੱਢ ਕੇ ਆਇਓ ਇਸ ਵਾਰ। ਨਾਲੇ ਹੁਣ ਜਿਸ ਵਾਰ ਆਏ ਨਾ ਤਾਂ 2-4 ਦਿਨ ਦਾ ਟਾਈਮ ਕੱਢ ਕੇ ਆਇਓ। ਉਹ ਤਾਂ ਹੈ, ਰਿਸ਼ਤੇਦਾਰੀ ਵੀ ਤਾਂ ਮਿਲਣ ਗਿਲਣੀ ਹੁੰਦੀ ਆ। ਕੱਢ ਆਵਾਂਗੇ ਕਿਹੜਾ, ਕੋਈ ਗੱਲ ਨਹੀਂ। ਤੂੰ ਐਂ ਕਰ, ਤੂੰ ਦੁਪਹਿਰ ਦੀ ਰੋਟੀ ਨਾ ਮੇਰੀ ਨਾਲ ਹੀ ਬੰਨ ਦੇ, ਮੈਂ ਹੁਣ ਹੀ ਲੈ ਆਉਣਾ, ਬਾਅਦ 'ਚ ਤੂੰ ਕਿੱਥੇ ਖੱਜਲ ਹੁੰਦੀ ਫਿਰੇਂਗੀ। ਹਾਂ ਠੀਕ ਹੈ, ਬੰਨ ਦਿੰਦੀ ਹਾਂ। ਅਤੇ ਨਾਲੇ ਤੁਸੀਂ ਆਉਂਦੇ ਹੋਏ ਨਾ ਚੱਕੀ ਤੋਂ ਪੀਣਾ ਚੱਕ ਲਿਆਇਓ। ਕੋਈ ਨਹੀਂ, ਚੱਕ ਲਿਆਊਂਗਾ। ਅਤੇ ਨਾਲੇ ਸੱਚ ਉਹ ਮੇਸ਼ੀ ਤੋਂ ਰਾਸ਼ਨ ਫੜ ਲਿਆਇਓ ਹੈ, ਉਹ ਵੀ ਲਿਆਊਂਗਾ। ਮੈਂ ਬੰਨਦੀ ਹਾਂ ਰੋਟੀ ਤੁਹਾਡੀ। ਆ ਚੱਕ ਲਿਆਇਓ ਅੰਦਰ। ਹਾਂ ਹਾਂ ਲਿਆ ਰਿਹਾ। ਆ ਲਓ ਬੀਬੀ ਜੀ, ਦੁੱਧ ਪੀ ਲਓ। ਕਰਤਾ ਸੀ ਵੀਰੇ ਦੀਦੀ ਨੂੰ ਫੋਨ ਤੁਸੀਂ? ਹਾਂ ਕੁੜੇ ਬਹੂ, ਕਰਤਾ ਸੀ। 1-2 ਦਿਨਾਂ ਵਿੱਚ ਆਉਣਗੇ ਉਹ। ਤੂੰ ਆਏ ਕਰ ਪੁੱਤ, ਪੰਜੀਰੀ ਦਾ ਪੀਪਾ ਭਰ ਕੇ ਸਾਈਡ 'ਤੇ ਰੱਖ ਦੇ, ਉਹ ਆਉਣਗੇ ਅਤੇ ਲੈ ਜਾਣਗੇ। ਬੀਬੀ ਜੀ ਰੱਖਤਾ ਉਹ ਤਾਂ ਮੈਂ। ਮੇਰੀ ਗੱਲ ਸੁਣੋ ਤੁਸੀਂ, ਜੇ ਤੁਸੀਂ ਸ਼ਹਿਰ ਚੱਲਿਓ ਨਾ ਤਾਂ 20 ਰੁਪਏ ਵਾਸਤੇ ਵਧੀਆ ਸੂਟ ਅਤੇ ਸ਼ਿੰਦੇ ਭਾਅ ਜੀ ਵਾਸਤੇ ਵਧੀਆ ਜਿਹਾ ਕੁੜਤਾ ਪਜਾਮਾ ਲੈ ਆਇਓ। ਓਏ ਕੋਈ ਪੁਰਾਣਾ ਪਿਆ ਹੋਣਾ ਪੇਟੀ 'ਚ, ਉਹ ਕੱਢ ਕੇ ਰੱਖ ਦਿਓ। ਕਿਉਂ ਬੇ, ਮੇਰੀ ਕੁੜੀ ਆਏਗੀ ਸੂਟਾਂ ਜੋਗੀ ਹੈ, ਹੈ ਨਵਾਂ ਲਿਆ ਕੇ ਦੇਵੇ ਉਹਨੂੰ। ਅਕਸਰ ਨੂੰ ਵਿਆਹੀ ਵਰੀ ਹੈ ਉਹ, ਹੈ ਉਹਦਾ ਵੀ ਇੰਨਾ ਹੀ ਹੱਕ ਹੈ ਇਸ ਘਰ 'ਤੇ ਜਿੰਨਾ ਤੁਹਾਡਾ ਏ, ਹੈ ਜਦੋਂ ਤੁਸੀਂ ਆਪ ਨਵੇਂ ਪਾਉਂਦੇ ਹੋ ਫਿਰ ਉਹ ਕਿਉਂ ਨਹੀਂ ਨਵੇਂ ਪਾ ਸਕਦੀ। ਓਹੋ ਬੀਬੀ, ਮੈਂ ਤਾਂ ਉਹ ਕਹਿ ਰਿਹਾ ਵੀ ਕੋਈ ਵਧੀਆ ਸੂਟ ਪਿਆ ਹੋਣਾ ਘਰੇ, ਉਹ ਰੱਖ ਲਓ। ਉਹ ਚੱਲ ਠੀਕ ਆ, ਮੈਂ ਲਿਆਊਂਗਾ ਨਵਾਂ, ਨਾਲੇ ਜੀਜੇ ਵੱਤ ਲਿਆਊਂਗਾ ਵਧੀਆ ਜਾ। ਚੱਲ ਐਂ ਕਰ, ਤੂੰ ਰੋਟੀ ਦੇ ਬਣਾ ਕੇ ਮੈਨੂੰ, ਫਿਰ ਸ਼ਹਿਰ ਟਾਈਮ ਲੱਗ ਜਾਂਦਾ। ਚੱਲ ਉੱਠ। ਹਾਂ ਬਣਾਉਂਦੀ ਹਾਂ। ਹੋਰ ਸੁਣਾ ਸ਼ਿੰਦਿਆ, ਕੀ ਹਾਲ ਹੈ? ਉਹ ਦਮ ਵੀ ਲੈ ਲਿਆ ਕਰ ਪਤੰਦਰਾ, ਲੱਗਿਆ ਰਹਿਣਾ ਹਰ ਟਾਈਮ। ਉਹ ਦਮ ਲੈ ਕੇ ਕਿੱਥੇ ਸਰਦਾ ਬਿਜਨਿਆ, ਤੇਰਾ ਤਾਂ ਸਰਦਾ, ਤੈਨੂੰ ਤਾਂ ਗੱਲਾਂ ਆਉਂਦੀਆਂ ਨੇ। ਉਹ ਗੱਲਾਂ ਨਹੀਂ, ਸਿਰੀ ਪਾਲੀ ਰੱਖ ਲਾ, ਕੋਈ ਸੌਖਾ ਹੋ ਜਾਏਗਾ। ਹਲੇ ਤਾਂ ਹੱਡ ਗੁੱਡੇ ਚੱਲਦੇ ਨੇ ਬਿਜਨਿਆ, ਜਦੋਂ ਖੜ ਗਏ ਫਿਰ ਸਿਰੀ ਪਾਲੀ ਵੀ ਰੱਖ ਲਾਂਗੇ। ਇਹ ਵੀ ਗੱਲ ਠੀਕ ਹੈ। ਹੋਰ ਫਿਰ ਸ਼ਿੰਦਿਆ, ਉਹ 8-9 ਮਹੀਨੇ ਹੋ ਗਏ ਸੁੱਖ ਨਾਲ ਵਿਆਹ ਨੂੰ, ਉਹ ਬਣੂਗੀ ਐਕਤੀ ਲੋੜੀ ਕਿ ਨਹੀਂ? ਉਹ ਮੇਰੇ ਤੋਂ ਪਹਿਲਾਂ ਤਾਂ ਤੇਰਾ ਨੰਬਰ ਹੈ, ਸਾਲ ਹੋ ਗਿਆ ਤੇਰੇ ਵਿਆਹ ਨੂੰ, ਪਹਿਲਾਂ ਤੂੰ ਬਣਾ ਲੋੜੀ, ਤੇਰੇ ਪਿੱਛੇ ਪਿੱਛੇ ਆਪਾਂ ਵੀ ਕਰ ਦਾਂਗੇ ਪਾਲਟੀ। ਉਹ ਅੱਜ ਭਲਕ ਆਈ ਲੈ ਖੁਸ਼ਖਬਰੀ, ਉਹ ਤੂੰ ਤਿਆਰ ਰਹੀ, ਉਹ ਦੇਸੀ ਦਾ ਘੜਾ ਦੱਬਿਆ ਹੋਇਆ ਆਪਾਂ, ਉਹ ਮੁੱਕਦੀ ਨਹੀਂ ਆਪਣੇ ਜੋਗਰੀ। ਚੱਲ ਚੰਗਾ ਬਿਸਨਿਆ, ਮੈਂ ਚੱਲਦਾ, ਦੇਖਾਂ ਖੇਤ ਜਾ ਕੇ ਯਾਰ ਕਣਕ ਨੂੰ ਪਾਣੀ ਲਾਉਣਾ। ਠੀਕ ਆ, ਚੱਲ ਠੀਕ ਆ ਬਾਈ, ਮਿਲਦੇ ਆ। ਇਹ ਵੀ ਪਤੰਦਰ ਨਾ ਲੱਗੇ ਹੀ ਰਹਿੰਦਾ, ਮੈਂ ਵੀ ਦੇਖਾਂ ਆਪਣੇ ਵਾਲੇ ਸਿਰ ਨੂੰ ਜਾ ਕੇ ਪਾਣੀ ਲਾਇਆ ਕਿ ਨਹੀਂ। ਆ ਗੱਲ ਸੁਣੋ ਜ਼ਰਾ ਮੇਰੀ। ਹਾਂ ਦੱਸ। ਮੇਰੀ ਗੱਲ ਸੁਣੋ ਧਿਆਨ ਨਾਲ, ਬਾਹਲੇ ਪੈਸੇ ਨਾ ਖਰਚ ਆਇਓ, ਸਾਫ ਸਿਰ ਦੇ ਕੱਪੜੇ ਲੈ ਕੇ ਆਇਓ। ਨਾਲੇ ਜਦੋਂ ਅਸੀਂ ਪਿਛਲੀ ਵਾਰ ਗਏ ਸੀ ਨਾ ਮੈਨੂੰ ਘਰੋਂ ਚੱਕ ਕੇ ਦਿੱਤਾ ਸੀ 2-3 16 ਸੂਟ, ਮੈਂ ਤਾਂ ਉਹ ਗੋਹੇ ਕੁੜੇ ਨੂੰ ਦਿੱਤਾ। ਨਾਲੇ ਤੁਹਾਨੂੰ ਪਤਾ ਮੇਰੇ ਮਾਪਿਆਂ ਨੇ ਮੈਨੂੰ ਕਦੇ ਸਸਤਾ ਕੱਪੜਾ ਪਾਉਣ ਦਿੱਤਾ? ਉਹ ਚੱਲ ਠੀਕ ਆ,
मैं आपे जाऊंगा साहब सर दा। आए गए दे साडे मत्थे मारनगे चाके जिवें असीं उठाई गिरे हुंदे आ। मैनूं तां जमें नहीं वधिया लगी तेरी भैण दी इह गल। नाले तुहानूं पता है जदों मेरे पेके गए सी पूरे 5,000 दा सुट दित्ता सी मेरी मां ने ते 4,000 दा तुहाडा कुर्ता चादरा सी। मैं तां सारियां नूं दिखाया कि मेरे पेकियां तों आए ने। ओ चल चुप कर बेबे सुणूगी की कहूगी। अमां चलदा। अच्छा दस अचानक लिया कुछ खाण नूं? रहण दो घरे बिस्कुट ते नमकीन पे है नाल पंजीरी धर दांगे। जदों आपां गए सी उदों वी तां उहनां ने आही कुछ धरिया सी होर की हुंदा। चल ठीक आ ऐ करी अब बेबे नूं दुध गर्म करके दे दी उहने दवाई लैनी होनी। मैं चलदा ठीक आ। जे इन्ना कु ना समझावां जमी घर जाड़दे ने तां पुद्दू किसे थौंदे। कुड़े बहू आई बीबी आ गिलास लै जाती है। बह जा। आ जाती है आ जा मां सद के। सत श्री अकाल बेबे। सत श्री अकाल पुत। किवें बेबे ठीक आ? हां पुत ठीक आ। मथा टेकदा बीबी। जूंदा रह पुत जवानियां माने। सत श्री अकाल दीदी। सत श्री अकाल भाभी। होर ठीक हो? होर ठीक ठाक ने सारे। सत श्री अकाल भाजी। सत श्री अकाल जी। ते तुसी बैठो मैं हुणी बना के लियोने चाह। ये सौरी जाके तेरा जी लग गया ताही छेती छेती गेड़ा नहीं मार दी सानू ता तू भुले गई। नहीं नहीं बेबे एहो जी गल नहीं पर की करिए कम धंधिया तो वेल ही नहीं मिलती। हुण भी फसल नू पानी लाउणा सी इन्हां ने मैं क्या भाई हुणे गेड़ा मारिया ये फिर नहीं टाइम लगना। ठीक है धीए वीरे सत श्री अकाल। और पण ठीक ठाक? हां जी ठीक। सत श्री अकाल भाई। होर किद्दां? ਉਹ ਠੀਕ ਹੈ ਜੀਜਾ ਫਸਲਵਾੜੀ। ਹਾਂ ਚਲ ਵਧੀਆ। ਚਲੋ ਆਜੋ ਮੋਟਰ ਤੇ ਚੱਲਦੇ ਆ। ਪੁੱਤ ਚਾਹ ਪਾਣੀ ਤਾਂ ਪੀ ਲੈਣ ਦੋ ਹੁਣੇ ਹੁਣੇ ਤਾਂ ਆਏ ਆ। ਉਹ ਬੀਬੀ ਆ ਕੇ ਪੀ ਲਾਂਗੇ ਚਾਹ ਪਾਣੀ। ਤੁਸੀਂ ਵੀ ਰੁਪਏ ਨੂੰ ਪਲਾਓ ਚਾਹ ਪਾਣੀ। ਆਜੋ ਜੀ। ਚਲ ਮੈਂ ਆਇਆ ਫਿਰ। ਪੁੱਤ ਕਰਮੇ ਨੂੰ ਤਾਂ ਬਾਲਾ ਚਾਹ ਚੜ ਜਾਂਦਾ ਜਦੋਂ ਤੁਸੀਂ ਆਉਂਦੇ ਹੋ। ਲੈ ਬੇਬੇ ਚਾਹ ਚੜੇ ਨਾ ਸੁੱਖ ਨਾਲ ਕੱਲੀ ਕੱਲੀ ਭੈਣਾ ਮੈਂ ਵੀਰੇ ਦੀ। ਲੱਗਦਾ ਸਰਵਿਸ ਨਹੀਂ ਕਰਾਈ ਦੀ। ਚਲੀਏ ਲੈ ਵੀ ਚੀਜ਼ਾਂ ਦੇਖ ਚੈੱਕ ਕਰਕੇ ਕਹਿੰਦੀ ਤੇਜ ਆ। ਤੇਜ ਤਾਂ ਪੂਰੀ ਆ ਕਰਮ ਹੈ ਸਮਾਨ ਮੈਨੂੰ ਖਾਸਾ ਹੀ ਪਾਇਆ ਲੱਗਦਾ ਇਹਦੇ 'ਚ। ਉਹ ਮੈਂ ਕਿਹਾ ਜੀਜੇ ਨੇ ਆਉਣਾ ਕੋਈ ਘਾਟ ਨਾ ਰਾਜੇ ਸਮਾਨ ਬਹੁਤ ਪਾਇਆ ਐਤਕੀ। ਤੂੰ ਐਂ ਕਰ ਆ ਲਾ ਮੈਂ ਮੂੜੇ ਲਿਆਵਾਂ ਪੱਟ ਕੇ। ਸੁੱਕੇ ਬੈਠਾ ਲਾਈ ਨੀ ਹਲੇ ਕੋਈ ਨੀ ਲਾ ਲੈਨੇ ਆ। ਲਾ ਕੇ ਤਾਂ ਦੇਖ ਕਿਵੇਂ ਟੈਸਟ। ਪੂਰੀ ਤੇਜ਼ ਆ ਕਰਮ ਆ ਸਮਾਨ ਮੈਨੂੰ ਖਾਸਾ ਪਿਆ ਲੱਗਦਾ ਤੇਰਾ। ਮੈਂ ਕਹਿ ਜੀਜਾ ਦਵਾਈ ਆ ਦਵਾਈ ਨਿੱਕ ਸੁੱਕ ਬਥੇਰਾ ਪਾਇਆ ਐਤਕੀ। ਉਹ ਦੋ ਦੋ ਬਹੁਤ ਨੇ ਕਰਮ ਆ ਜ਼ਿਆਦੇ ਹੋ ਜੂਗੀ ਤੇਜ਼ ਆ ਨਾ। ਉਹ ਕੋਈ ਨਾ ਜੀਜਾ ਹੋ ਜਾ ਜਿੰਨੀ ਹੋਣੀ ਆ ਆਪਾਂ ਕਿਹੜਾ ਵਰਤ ਚੜ੍ਹਨਾ
ਘਰੇ ਜਾਣਾ ਜੇ ਨਾ ਜਾਇਆ ਗਿਆ ਆ ਪਿਆ ਮੰਜਾ ਉਰੀ ਲਿਟ ਜਾਵਾਂਗੇ ਉਹ ਚੱਲ ਬਸ ਘਰ ਹੁਣ ਚੱਲਦੇ ਆਂ ਘਰੇ ਬੀਬੀ ਡੀਕਦੀ ਹੋਣੀ ਆ ਉਹ ਵੀ ਕਹੂਗੀ ਗਏ ਹੋਏ ਮੁੜੇ ਨਹੀਂ ਹੈਗੇ ਬਾਕੀ ਫਿਰ ਕੱਲ੍ਹ ਕਿਹੜਾ ਦਿਨ ਨਹੀਂ ਚੜ੍ਹਨਾ ਕੱਲ੍ਹ ਦੇਖ ਲਾਂਗੇ ਹੋਰ ਉਹ ਚੱਲ ਕੋਈ ਨਾ ਜੀ ਜਾ ਹੁਣ ਐ ਕਰੀ ਮੋਟਰਸਾਈਕਲ ਤੂੰ ਚਲਾਈ ਮੈਂ ਤੂੰ ਕਿਤੇ ਡਿੱਗ ਜੂਗਾ ਐਵੇਂ ਕੋਈ ਨਹੀਂ ਮੈਂ ਚਲਾ ਲੈਂਦਾ ਆ ਚੱਲੀਏ ਜੇ ਕਿੱਕ ਹੋਰ ਲਾਈਏ ਬਹੁਤ ਬਹੁਤ ਚੱਲ ਫਿਰ ਰੋਟੀ ਨਾਲ ਲਾ ਲਾਂਗੇ ਹਾਂ ਚੱਲ ਓ ਜੀ ਜੀ ਆਪਾਂ ਮੋਟਰਸਾਈਕਲ ਤੱਕ ਪਹੁੰਚ ਜਾਂਗੇ ਭਲਾ ਬੇਬੇ ਚੱਲ ਠੀਕ ਹੈ ਅਸੀਂ ਤਾਂ ਚੱਲੇ ਹਾਂ ਲੈ ਧੀਏ ਹਾਲੇ ਕੱਲ੍ਹ ਤਾਂ ਆਈ ਤੀ ਤੂੰ ਹੈਂ ਦੋ ਚਾਰ ਦਿਨ ਰੁਕ ਜਾਂਦੀ ਹੱਥ ਲਾਉਣ ਆਏ ਸੀ ਕੋਈ ਨਾ ਬੇਬੇ ਅਸੀਂ ਫਿਰ ਵਿੱਚ ਦੀ ਗੇੜਾ ਮਾਰ ਲਾਂਗੇ ਹੈ ਦੀਦੀ ਅੱਜ ਨਹੀਂ ਅਸੀਂ ਜਾਣ ਦਿੰਦੇ ਅੱਜ ਤਾਂ ਮੈਂ ਤੁਹਾਡੇ ਵਾਸਤੇ ਮਟਰ ਪਨੀਰ ਅਤੇ ਸੇਵੀਆਂ ਬਣਾਉਂਗੀ ਨਾਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਟਾਈਮ ਕੱਢ ਕੇ ਆਇਓ ਨਾ ਨਾ ਅੱਜ ਨਹੀਂ ਜਾਣ ਦਿੰਦੇ ਤੁਹਾਨੂੰ ਅਸੀਂ ਕੀ ਹੋ ਰਿਹਾ ਕੌਣ ਜਾ ਰਿਹਾ ਨਾ ਨਾ ਭੈਣਾ ਅੱਜ ਨਹੀਂ ਜਾਣਾ ਜੀਜੇ ਅੱਜ ਤਾਂ ਰਹਿਣਾ ਪੁੱਤ ਤੁਹਾਨੂੰ ਕਿ ਨਹੀਂ ਬੇਬੇ ਹਾਂ ਪੁੱਤ ਕੋਈ ਨਾ ਵੀਰੇ ਹੁਣ ਜਾ ਕੇ ਅਸੀਂ ਖੇਤਾਂ ਦਾ ਦੇਖਣਾ ਘਰ ਦਾ ਦੇਖਣਾ ਅਸੀਂ ਇੱਕ ਦਿਨ ਦੇ ਕਹਿ ਕੇ ਆਏ ਸੀ ਹੋਰ ਬੀਬੀ ਫਿਰ ਨਾ ਮਾਲ ਡੰਗਰ ਦਾ ਔਖਾ ਹੋ ਜਾਂਦਾ ਫਿਰ ਗਵਾਂਢੀਆਂ ਨੂੰ ਵੀ ਇੱਕੋ ਦਿਨ ਦਾ ਕਹਿ ਕੇ ਆਇਆ ਚੱਲ ਕੋਈ ਨਾ ਪੁੱਤ ਚਲੇ ਜਾਇਓ ਬਹੂ ਤੂੰ ਰੋਟੀ ਤਿਆਰ ਕਰ ਲੈ ਪੁੱਤ ਚੱਲ ਠੀਕ ਹੈ ਬੀਬੀ ਮੈਂ ਕਰਦੀ ਹਾਂ ਰੋਟੀ ਦੀ ਤਿਆਰੀ ਭੈਣ ਮੈਂ ਤਾਂ ਕਹਿੰਦਾ ਰਹੋ ਤੁਸੀਂ ਕੋਈ ਗੱਲ ਨਹੀਂ ਵੀਰੇ ਅਸੀਂ ਛੇਤੀ ਗੇੜਾ ਮਾਰਾਂਗੇ ਲੈ ਬਸ ਤਾਂ ਆਇਓ ਤੁਸੀਂ ਫਿਰ ਭੱਜੋ ਚੱਲੇ ਟੀ ਛੇਤੀ ਕਿਉਂ ਜੀਜੇ ਹੈ ਨਾ ਜੀਜੇ ਅੱਜ ਫਿਰ ਮੋਟਰ 'ਤੇ ਚੱਲਾਂਗੇ ਮੈਂ ਤਾਂ ਕਹਿੰਦਾ ਹੋਰ ਉਹ ਨਹੀਂ ਕਰ ਮੈਂ ਫਿਰ ਆਵਾਂਗੇ ਕਿਸੇ ਦਿਨ ਖੁੱਲ੍ਹਾ ਟਾਈਮ ਕੱਢ ਕੇ ਆਵਾਂਗੇ ਨਾਲ ਆਹ ਲਓ ਭਾਈ ਤੁਹਾਡਾ ਪੰਜੀਰੀ ਵਾਲਾ ਪੀਪਾ ਐ ਨਾ ਸੋਚਿਆ ਕਰ ਬੇਬੀ ਹਲੇ ਤਾਂ ਤੂੰ ਪੂਰੇ 100 ਸਾਲ ਜੀਣਾ ਲੈ ਪੁੱਤ ਤੂੰ ਕਿ ਧਰਮ ਰਾਜ ਤੋਂ ਲਿਖਾ ਕੇ ਲਿਆਇਆ ਸੀ ਆਹ ਲੈ ਭੈਣ ਪੰਜੀਰੀ ਵਾਲਾ ਪੀਪਾ ਦੀਦੀ ਆਹ ਤੁਹਾਡੇ ਤੇ ਭਾਜੀ ਦੇ ਕੱਪੜੇ ਨੇਗੇ ਵੀਰੋ ਪੁੱਤ ਆਹ ਤੇਰੇ ਵਾਸਤੇ ਪੰਜੀਰੀ ਹੈ ਆਹ ਨਾਲੇ ਪਰਾਉਣੇ ਦੇ ਤੇ ਨਾਲੇ ਤੇਰੇ ਵਾਸਤੇ ਕੱਪੜੇ ਹੈ ਧੀਏ ਆਹ ਲੈ ਜੀ ਲੈ ਬੀਬੀ ਆਹ ਇੰਨਾ ਕੁਛ ਕਰਨ ਦੀ ਕੀ ਲੋੜ ਸੀ ਹੈ ਉਹ ਇੰਨਾ ਕਿੰਨਾ ਕੱਪੜੇ ਥੋੜਾ ਜਿਹਾ ਹੈਗਾ ਕੋਈ ਨਾ ਪੁੱਤ ਰੱਖ ਲਓ ਹਾਲੇ ਤਾਂ ਮੈਂ ਜਿਉਂਦੀ ਹਾਂ ਹੈ ਕੱਲ ਨੂੰ ਜੇ ਮੈਂ ਮਰ ਗਈ ਪਤਾ ਨਹੀਂ ਕਿਸੇ ਨੇ ਦੇਣਾ ਕਿ ਨਹੀਂ ਦੇਣਾ ਕਿਉਂ ਬੇਬੇ ਅਸੀਂ ਹੈ ਨਹੀਂ ਅਸੀਂ ਕਰਾਂਗੇ ਭੈਣ ਦਾ ਦਮਾਂਗੇ ਕਿਉਂ ਨਹੀਂ ਬੇਬੇ ਸਾਡੀ ਵੀ ਤਾਂ ਭੈਣ ਇਹ ਸਾਰਾ ਕੁਛ ਕਰਾਂਗੇ ਅਸੀਂ ਇਹਨਾਂ ਕਿਹਾ ਕਰ ਤੂੰ ਕਿਸੇ ਨੇ ਦੇਣਾ ਪਤਾ ਨਾ 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 ਬੀਬੀ ਤੁਸੀਂ ਇੱਦਾਂ ਨਾ ਬੋਲਿਆ ਕਰੋ ਹਾਲੇ ਤੁਸੀਂ ਬਹੁਤ ਚਿਰ ਜੀਣਾ ਨਾਲੇ ਵੀਰੋ ਦੀਦੀ ਸਾਡੀ ਵੀ ਤਾਂ ਕੁਛ ਲੱਗਦੀ ਹੈ ਅਸੀਂ ਕਰਾਂਗੇ ਸਾਰਾ ਕੁਛ ਇਹਦਾ ਉਹ ਜੀਜਾ ਅੱਜ ਫਿਰ ਚੱਲਾਂਗੇ ਇੱਥੇ ਮੋਟਰ 'ਤੇ ਕੱਲ੍ਹ ਕਿੰਨਾ ਨਜ਼ਾਰਾ ਆਇਆ ਤੀ ਹੈ ਨਾ ਮੈਂ ਤਾਂ ਕਹਿੰਦਾ ਰਹਿ ਜਾਓ ਨਾ ਕਰ ਮੈਂ ਤੈਨੂੰ ਪਤਾ ਫਿਰ ਘਰੇ ਡੰਗਰ ਪਸ਼ੂ ਦਾ ਵੀ ਔਖਾ ਹੋ ਜਾਂਦਾ ਫਿਰ ਜਾ ਕੇ ਖੇਤੀਬਾੜੀ ਵੀ ਦੇਖਣੀ ਪੈਂਦੀ ਹੈ ਚਲੋ ਠੀਕ ਆ ਸਾਰਾ ਕੁਛ ਦੇਖਣਾ ਪੈਂਦਾ ਕੋਈ ਨਹੀਂ ਫਿਰ ਆਊਂਗਾ ਮੈਂ ਖੁੱਲ੍ਹਾ ਟਾਈਮ ਕੱਢ ਕੇ ਆਊਂਗਾ ਨਾਲੇ ਚਲੋ ਠੀਕ ਆ ਕੋਈ ਨਾ ਹਾਲੇ ਤਾਂ ਤੂੰ ਬਹੁਤ ਜੀਣਾ ਐਂ ਨਾ ਬੋਲਿਆ ਕਰ ਲੈ ਪੁੱਤ ਤੂੰ ਧਰਮ ਰਾਜ ਤੋਂ ਲਿਖਾ ਕੇ ਲਿਆਇਆ ਚੱਲ ਚੰਗਾ ਬੇਬੇ ਅਸੀਂ ਚੱਲਦੇ ਹਾਂ ਚੱਲ ਚੰਗਾ ਧੀਏ ਚੰਗਾ ਵੀਰੇ ਸਤਿ ਸ਼੍ਰੀ ਅਕਾਲ ਆ ਲੈ ਭੈਣ ਲੈ ਵੀਰੇ ਇਹਦੀ ਕੀ ਲੋੜ ਸੀ ਕੋਈ ਨਾ ਕੋਈ ਨਾ ਠੀਕ ਆ ਬਾਈ ਚੰਗਾ ਭਾਬੀ ਚੰਗਾ ਦੀਦੀ ਆਉਂਦੀ ਜਾਂਦੀ ਰਿਹਾ ਕਰ ਚਲੋ ਆ ਜਾਓ ਚਲੋ ਉਹ ਬੱਲੇ ਆ ਗਿਆ ਸਹੁਰਿਆਂ ਤੋਂ ਹਾਂ ਹਾਂ ਤੜਕੇ ਦੇ ਕਈ ਗੇੜੇ ਮਰ ਗਿਆ ਮੈਂ ਤੇਰੇ ਘਰੇ ਉਹ ਕੀ ਗੱਲ ਹੋ ਗਈ ਸੁੱਖ ਵੀ ਹੈ ਓਏ ਚਾਚਾ ਬਣ ਗਿਆ ਤੂੰ ਓਏ ਚੰਨ ਵਰਗਾ ਪੁੱਤਰ ਜੰਮਿਆ ਤੇਰੀ ਭਰਜਾਈ ਨੇ ਓ ਕੀ ਬਾਤ ਹੈ ਬਹੁਤ ਬਹੁਤ ਵਧਾਈਆਂ ਭਰਾ ਵਧਾਈਆਂ ਬਾਈ ਵਧਾਈਆਂ ਕੀ ਗੱਲ ਹੋ ਗਈ ਬਾਈ ਜੀ ਕਿਉਂ ਬਾਹਰ ਚ ਖੜੇ ਚੀਕਾਂ ਮਾਰੀ ਜਾਂਦੇ ਹੋ ਓ ਚਾਚੀ ਬਣਾਤਾ ਤੈਨੂੰ ਓ ਤੇਰੀ ਜਿਠਾਣੀ ਨੇ ਚੰਨ ਵਰਗਾ ਪੁੱਤਰ ਜੰਮਿਆ ਭਰਜਾਈ ਅੱਛਾ ਲੈ ਵਧਾਈਆਂ ਹੋਣ ਫੇਰ ਤਾਂ ਬਾਈ ਬਲਾ ਹੀ ਖੁਸ਼ੀ ਹੈ ਸਾਨੂੰ ਤਾਂ ਹੁਣ ਲੱਡੂ ਦੱਸੋ ਕਦੋਂ ਖਵਾਉਂਗੇ ਓ ਤੇਰੀ ਯਾ ਨੂੰ ਲੱਡੂਆਂ ਦਾ ਘੱਟਾ ਭਰਜਾਈ
ओए अजे लियाना वाले हलवाई तो चलो भाई शिंदिया चल मैं जाके आवा जा ओ भाई जी मेरी तो अड्डी नहीं लगती ओ चन वर्गा पुत्र दत्ता रब ने हे मालिक सब दियां झोलियां भरी ਹੋਰ ਵੀ ਬਿਸ਼ਨ ਸਿਆਂ ਵਧਾਈਆਂ ਫਿਰ ਪੁੱਤਰ ਦੀਆਂ ਤੁਹਾਨੂੰ ਵੀ ਵਧਾਈਆਂ ਪਟਵਾਰੀ ਸਾਹਿਬ ਤੁਹਾਨੂੰ ਵੀ ਓ ਆਪਣਾ ਪਤਾ ਲੱਗਿਆ ਸੀ ਮੈਨੂੰ ਲੰਬੜਦਾਰ ਨੇ ਦੱਸਿਆ ਸੀ ਹਾਂ ਜੀ ਬਈ ਬਿਸ਼ਨੇ ਵਾਲਾ ਕਾਕਾ ਹੋਇਆ ਪਰਮਾਤਮਾ ਦੀ ਕਿਰਪਾ ਹੋ ਗਈ ਚਲੋ ਚੰਗਾ ਫਿਰ ਹੈ ਪਟਵਾਰੀ ਸਾਹਿਬ ਦੋ ਮਿੰਟ ਬੈਠੋ ਨਹੀਂ ਨਹੀਂ ਬਸ ਕੀ ਗੱਲ ਓਏ ਆਪਾਂ ਤਾਂ ਛੱਡੀ ਹੋਈ ਆ ਆਹ ਦੇਖ ਦਾੜਾ ਰੱਖਿਆ ਹੋਇਆ ਅੰਮ੍ਰਿਤ ਛਕਿਆ ਹੋਇਆ ਹੈਂ ਕੋਈ ਨਾ ਮੈਂ ਉਹ ਮੂੰਹ ਮਿੱਠਾ ਕਰ ਲੂੰਗਾ ਚੱਲ ਚੰਗਾ ਭਾਈ ਹੈ ਠੀਕ ਹੈ ਪਟਵਾਰੀ ਸਾਹਿਬ ਠੀਕ ਹੈ ਪਰਮਾਤਮਾ ਸਭ ਨੂੰ ਦੇਵੇ ਬਾਈ ਉਹ ਵਧਾਈਆਂ ਹੁਣ ਬਿਸ਼ਨਿਆ ਉਹ ਵੱਲੇ ਵੱਲੇ ਹੋਰ ਸ਼ਿੰਦਿਆ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਬਾਈ ਆ ਸ਼ਿੰਦਿਆ ਇੱਧਰ ਬੈਠ ਯਾਰ ਤੁਸੀਂ ਬੈਠੋ ਮੈਂ ਭਾਬੀ ਜੀ ਨੂੰ ਮਿਲ ਕੇ ਆਈ ਹੈ ਠੀਕ ਹੈ ਭਰਜਾਈ ਨਾਲੇ ਤੇਰੀ ਜਿਠਾਣੀ ਨੂੰ ਮਿਲਣਾ ਨਾਲੇ ਦੇਖ ਤੇਰਾ ਪੁੱਤ ਕਿਹੋ ਜਿਹਾ ਕੀ ਹਾਲ ਆ ਬਿਸ਼ਨਿਆ ਉਹ ਠੀਕ ਠਾਕ ਹੈ ਉਹ ਬੱਲੇ ਬੱਲੇ ਆ ਜਵਾਕ ਠੀਕ ਆ ਹਾਂ ਠੀਕ ਆ ਬਾਈ ਭਾਬੀ ਠੀਕ ਆ ਹੁਣ ਹਾਂ ਹਾਂ ਆ ਗਲਾਸ ਵੀ ਠੀਕ ਆ ਪਤਾ ਕੀ ਹੈ ਕੱਢੀ ਤਾਂ ਪਟਵਾਰੀ ਵਾਸਤੇ ਦੀ ਗਲਾਸੀ ਉਹ ਪਤਾ ਤੀ ਮੇਰੇ ਬਾਈ ਨੇ ਆਉਣਾ ਵੀਰੇ ਦਾ ਫੋਨ ਹੈਲੋ ਵੀਰੇ ਸਾਸੀ मैं क्या जी सुन दे हो की गल होगी वीरू वीरे दा ना फोन आया सी बेबे पूरी होगी कोई नहीं हौसला रख चंगा वीरे ਬੜਾ ਮਾੜਾ ਕਰਿਆ ਰੱਬ ਨੇ ਰੰਗ 'ਚ ਭੰਗ ਪੈ ਗਿਆ ਆਏ ਸੀ ਵਿਚਾਰੇ ਖੁਸ਼ੀ ਮਨਾਉਣ ਗਮੀ ਦਾ ਸੁਨੇਹਾ ਮਿਲ ਗਿਆ ਪਰਮਾਤਮਾ ਸਭ ਦਾ ਭਲਾ ਕਰੇ ਤੇ ਜੋ ਫੋਨ ਕਰ ਦਿੰਦੀ ਵੀਰ ਉਹਨੂੰ ਸਾਲ ਹੋ ਗਿਆ ਉਹਨਾਂ ਨੂੰ ਗੇੜੇ ਨਹੀਂ ਮਾਰਿਆ ਉਹਨਾਂ ਨੇ ਨਾ ਕੀ ਕਰਾਉਣਾ ਐਵੇਂ ਵਾਧੂ ਖਰਚੇ ਦਾ ਘਰ
कदे आ दे दो कदे ओ दे दो, हुण सारी उम्र ओदी घर भरी जाऊंगे, कदे अपने घर भरी भी सोच लो। ते जो मेरी भैण आहो, जे बीबी मुक गई तो आपां नूं बुलाना ही पैणा नूं, लोहड़ियां दिवालियां रखड़ियां ओदां ही आऊगी ओ जिवें पहलां आंदी थी। थोड़ा तो दिमाग हिलिया होया, बथेरा देता बीबी दे जिउंदी जी, मैं तो हुण इक लीर नहीं दिंदी, वो अपने घरे राजी असीं अपने घरे राजी, मेथों नहीं किसी का स्यापा हुंदा। ओ कमलीए, ऐं तां रिश्तेदारी खराब हो जूगी, साडे कड़ा बालियां ने एक तां भैणा हो ही जावे, आपां की लैणा, रिश्तेदारां ने पहलां तुहानूं बथेरे नाम देते, बथेरा करके देख लिया, खा पी के अगले लत्त मारदे ने, मूँह ते बड़ियाई पिठ पिछे चुगलियां, तूं कुत्ती ओ कुत्ती, फलानी ऐदा टमकानी ऐदा, आही कुछ हुंदा, मैं की जानदी नहीं, जे नाले ऐडा हेज आउंदा ना आपदी भैण दा, उत्थे जाके मिलाया करो, देखूंगी थोड़ी किन्नी की सेवा करूंगी। जा भरा। ले भीरो रोटी खा ला। नहीं मैं नहीं खानी, जी नहीं करता मेरा, आज पूरा एक साल हो गया बेबे पूरी हुई, घर में वीरे ने एक बार फोन तक भी नहीं किया, ना ही भाभी ने कहा भी आके मिल जो दो दिन। ओ कमलिए, कई बार कम्मा कारा च नहीं चेते रहिंदा बंदे नूं, जे उन्होंने नहीं किया आपां कर लैने, इहदे च किड्डी वड्डी गल है, तू रोटी खा मैं फोन करदा। फोन आ गया है छिंदे का फोन। हेलो, हाँ जी जी सत श्री अकाल। सत श्री अकाल करमे भाई, होर घर परिवार सब ठीक है, होर बाल डंगर पशु फसल बाड़ी सब ठीक है? हाँ हाँ जी, जा फसल बाड़ी ठीक है जी। भीरो कहती सी गल करन, कहती सी जी करदा मिलन नू, काफी टाइम हो गया। हाँ जी जदों मर्जी आओ, थोड़ा अपना घर आ, लै करा भैन नाल गल। हैलो सत श्री अकाल वीरे, की गल वीरे, नाराज है साडे नाल? ओ ना ना भैन, तेरे नाल कदी नाराजगी आ, अदों ही कम्मा करने टाइम नहीं लगता बस, और फोन करे नहीं जाता है। हाँ कला फस गया ना, साल हो गया बेबे मुक्की नू, तू कदे फोन ही नहीं किया, ना ही भाभी ने याद किया। वो बस मैं टाइम नहीं लगता है, कम कार वेले नहीं मिलती है, तेन पता ही आ, पहला तो बेबे कर जी सारा कुछ, हूँ सारा कुछ मेरे ते आ गया, और बस फोन करना टाइम नहीं लगे है। असी मार जाइए गेड़ा फिर, पूछने वाली कि गल, थोड़ा अपना घर आ जाओ। चल ठीक है वीरे, कल मारदे हैं असी गेड़ा। चलो ठीक है भैया। चंगा वीरे, रख दी हूँ, सत श्री अकाल। ले हुण तां रोटी खा ला, तैनूं कहा सी ना नहीं चेते रहिंदा कम्मां कारां च बंदे दे। रोटी तो खा लूंगी, सच्ची बीबी दी बहुत याद आउंदी है, जदों मैं उत्थे जाना उन्हूं बिठाउण नूं थां ना लभणी, किन्ना कुछ लिया के धर देना, जे मैं उत्थों आउण लई कहना तो कहिंदी ना धीए हले कल तो आए हो तुसी, रहो तो सही दो दिन, नाले कहिंदी हले मैं अपने जवाई की सेवा भी तो करनी है, किन्ना चा करदी सी बेबे।
तू चुप कर भीरो, दुख तो मैनू भी उन्ना ही है जिन्ना तेनू है। आपां की कर सकते हैं, कित्थों मुड़ के लिआईए हुण बीबी नूं? हुण कोई गए होयां नूं तां मुड़ के लिआ नहीं सकदा। रोटी खा ला। तुहानूं याद आ ना ओह हर दिन त्यौहार मेरे लिए कुछ ना कुछ बना के रखदी, कदे पिन्नियां भेजदी, कदे पंजीरी, कदे कुछ ते कदे कुछ। मां दे जिन्ना प्यार धी नूं कोई नहीं कर सकता, कोई नहीं कर सकता। यार जी इदां ही रोई जाएंगी, बीबी दे दिल नूं किन्नी ठेस पहुंचूगी, कदी सोचा? चल चुप कर। रोई तो नहीं होता। अच्छा हौसला रख। है कमली फिर भुखी हो सोगी? कर लिया अपनी महाराणी भैन फोन, उरे की धर्मशाला खोली हुई है, जड़ा फोन कर करके बुलाई जाने हो, का तो कितने सी फोन? ओ मैं नहीं करया, जीजे का फोन आया थी, ओ कहना मैं ते भी रुआवांगे, मैं क्या आ जाओ ना? मना भी तो कर सकते सी तुसी, सौ बहाना हुंदा बंदे कोल, हुण दो दिन पकाई चलो उन्हां दे लंगर, कदे सेवियां ते कदे मटर पनीर, आप तो डक्के बह जाने टाइम नाल, मेरी जान स्यापा छेड़ दिने। चल कुछ नहीं होता, हुण उन्होंने आप फोन करे आणू, मैं जवाब की दिंदा भला? गल सुन लो मेरी ध्यान नाल, आउणगे ना ओह, चाह पानी पिया के तोर दिओ, किते मोटर ते लैके उड़ जाओ, नाले बाले लल्ले खखे करन दी लोड़ नहीं, बह जाना उत्थे डेरा ला के, नाले कोई सूट साट देन दी लोड़ नहीं, ना साडे कोल हैगी है, मेरी जान स्यापा कर दिंदे हो, पकाई चलो लंगर इत्थे दो दो दिन। ओ चल कोई ना, तू रोटी पा, मैं आपे कह दूं जीजे होरां नूं। आज दे तीजे दिन बैग चक के, होर कोई काम ही नहीं है इनू, शर्म दा घाटा। सत श्री अकाल भाई। सत श्री अकाल। सत श्री अकाल भाई। आ तेज गुरे, आ चाह लिया बना के, भैण होरी आए ने। टाइम लगूगा, वेली नहीं हैगी हले, मैं सौ कम ने। ओ कम्मा कारां च लग रही ना, तां करके तुसी बैठो, मैं लिया ना चाह जाके। तेनू कह दी चाह बना दे, भैन उरी आए ने, सुनता नहीं तेनू? भैन आई है, कोई थानेदार तो नहीं आई हैगी, तीजे दिन मुंह चक के आ जाती है, उहदे कोल तां कोई कम नहीं हैगा, मैनूं तां सौ कम ने, घरे कल्ली नूं आप ही लै जाओ पा के, मैथों नहीं बनदी किसे वास्ते चाचू, ओह बनी पई है।
काम लग रहे ना ता करके टाइम नहीं लग रहा हुणे आ जांदी आ तुसीं चाह पियो मैनूं पिंड च काम आ माड़ा जिहा किसे नूं मिलना नहीं मेरा बंदा लग जू है चलो कोई ना तुसीं चाह पियो मैं जा आवां ठीक है देखिए बेबे दे मुक्कन तो बाद किन्ना बदल गया मेरा पेका घर ठीक क्या किसे ने मामा बिना कादे पेके शशिकल दीदी सासरीकाल पाबी सासरीकाल की गल होगी पाबी तुसी चाज ना गल ही नहीं कर दे साड़े ना करमा वीरा भी आख जी बचा के निकल गया तू भी नहीं आई साड़े कोल असी कदों दे कल्ले बैठे हैं आज तो मेरे कोल पूरा टाइम नहीं आथन तक बेल नहीं मिलनी मैनू नहीं तो मैं थोड़े कोल बह जाती नाले अगे कड़े मैं थोड़े कोल बैठी नहीं कदे फिर जाइए असी थोड़ी मर्जी है मैं कौन हूं थोड़ा रोकने वाली जे रोटी खानी है तो बना दनी है नहीं रहन दे पापी असी खा के आए सी मैं बेबे दे कमरे च जाव फिर चल दे आपा जाया बेबे किथे चली गई तू तेरे बिना घर किन्ना सुन्ना सुन्ना लगदा अज वीरे ते भाभी दे मत्थे ते वट पिया होया ते जे तो तू जिउंदी सी किन्ना चा करदी सी साडे आउण दा असी जान ले कहंदे तां तू जान ना दिंदी सानू ते अज भाभी कहंदी थोड़ी मर्जी है भाई जाना ते जाओ मोड़ा कितों हे रब्बा मोड़ दे मेरी मां नू तेरे हुंदिया किन्ने चा नाल पेके आउंदी सी मैं ए घर ए वेड़ा तेरे हुंदिया किन्ना चंगा लगदा सी बीबी हुण ओही वेड़ा ओही घर खान नूं आउंदा बीबी मामा बिन कादे पेके आ बीबी वीरो चला चलिए लेट हो जाने हां आई चलदे हां चंगा बीबी हुण तां शायद ही आया जावे इस घर च तेरे बिना कादे पेके आ बीबी चल चंगा भाभी असी चलदे हां चल चंगा दीदी मेरे कोल भी टाइम नहीं हैगा थोड़े कोल बैठण दा मैं तां इहनां नूं कहा सी भी फोन कर दो वीरो नूं हजे ना आवे जदों वेले है उदों बुला लांगे उन्होंने थानू कहा ही नहीं
चल कोई ना भाभी, तू कर ला अपना काम। सत श्री अकाल। ठीक है, सत श्री अकाल। दूजे दिन आ जाने मुँह चक के, और कोई कम ही नहीं है इन्हों। इतने धर्मशाला खोली हुई है, पकाई चलो इन्हों लंगर। बिना मतलब तो कोई कम नहीं कार नहीं आ जाती है मुँह चक के। किन्नी बार कहा इन्हों भी मना कर दिया करो, ये कड़ा किसी मानते ने। बस आही कम है मेरे को, इन्हों रोटियां पकाई चलो। चंगा होया आपे पागी, नहीं मेरे तो बेइज्जती करा के जाती। आ जाती है तीजे दिन मुँह चक के। आ गए तुसी? हाँ बागे भी रो रही। आहो बागी ना, मेरी गल सुनो, मेरिया भी भैणा ने, थोड़े कोई चर्ज भैणा ना, जड़ा कुछ होंदा घर च उही चक के फड़ा दिने। हुण ब्याही बरी है, हो बीबी दे हुंदिया गल कुछ होर सी, नाले मेथों नहीं किसी कंजर का घर भरया जांदा है। ओ तियां तियाणियां नूं देण नाल कुछ नहीं घटदा हुंदा, तू तां उही असमानी चढ़ी रहनी आ। फिर की हो जांदा जे चार लीरा लै जांदी, ओ कोई घाट नहीं पैंदी। थोनू नहीं पैंदा होणा घाटा, पर मैनू बहुत पैंदा घाटा। चक चक के आड़ती तू कर जा, भैन का घर भरी जाने, फिर देखोगे मुँह चक चक के। तारने तो आपा ही नहीं ने, वो तो खा पी के तुरदे लगन गए। वह होर कितने जाऊगी वह दसी मैनू? मैं तेनों पहला भी कहा साढ़े कड़ा जाने, एक तो भैन है मेरी, तू उस भी नहीं बरतन दी मैनू, हाथ दोगी तेरे लिए ना। जब तू पेके जानी हाँ उदों तो बथेरी चौड़ी होकर जानी हाँ, मेरे पेके आ मेरे पेके हो ना। मेरिया के कहड़ा चज नाल जाने हो तुसी? पिछले साल दे गए हो, वह बेचारे रोज फोन करते हैं भी आ जाओ गेड़ा मार जाओ, आखिर टाइम नहीं है ना। थोड़ी भैन बारी कितों टाइम निकलन तुहाडे कोल ना, मैं ही माड़ी हाँ, कंजरां ते जिन्ना मर्जी कर लो कोई कदर नहीं हैगी। पता नहीं कितनी अकल हो इस बंदे नूं, लोकां नूं देख के सियाणा हो जा। कोई नहीं लुटाउंदा अपना घर जिवें तू लुटाई जाणेगा, मैं ही भग जाणी किसे दिन इत्थों, फिर पता लगूगा तैनूं। एक तू ही है जिहड़ा अपनी भैन दा घर भरी जाणा। ओ तेजो चंगा जब छिड़िया यार, वो बीबी दे जाण तो बाद तां सारा कारोबार मैनूं ही करना पैणा, ये समझदी नहीं हैगी। ओ तेजो ओ गल तां सुण यार, ओ की गल होगी है? बस कुछ नहीं, तुसी भीरो दे दिनों फोन लाओ, मेरी गल कराओ हुणे उन्हां नाल। ओ गल तां दस। बस दीदी नूं आ जान दो, फिर दसदी आं तैनूं सारी गल। आ लै बैल जा रही आ। दीदी सत श्री अकाल। सब ठीक है भाभी? हाँ सब ठीक है, तुसी? हाँ जी असी भी ठीक है। दीदी तुसी ऐदा करो, तुसी छेती आ लो। हुणे? हाँ हाँ हुणे। चलो आउने आं असी। ठीक है दीदी, ओके। अभी रूरी आ गए, आ जा। सत श्री अकाल जीजा जी। सत श्री अकाल दीदी। दीदी मैनू माफ कर दो, मैनू अज पता लग गया जो मेरी अपनी भरजाइया ने मेरा दुर्व्यवहार किया, तो मैं तो बीबी के मरण तो बाद थोड़े ना हमेशा ही दुर्व्यवहार किया गा। मैनू उदो एहसास होया दीदी कि थोड़े दिल से की बीती होगी, मैनू माफ कर दो, मैनू माफ कर दो। बस रो ना भाभी, चुप हो जा। भाजी तुसी भी मैनू माफ कर दो। कोई ना भाभी तू रो ना, कोई ना घर परिवार च इहो जिहियां गल्लां हुंदियां रहिंदियां। तू हौसला रख, मैनू तेरे ना कोई नाराजगी नहीं, चुप हो जा। अज तो तू मेरी ननद नहीं, मेरी धी है।